ਸਤਿ ਸ਼੍ਰੀ ਅਕਾਲ ਦੋਸਤੋ, ਗ੍ਰੈਸੇ ਵਰਲਡ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਭਾਰਤ ਦੀ ਇੱਕ ਮਹਾਨ ਸ਼ਖਸੀਅਤ ਬਾਰੇ, ਜਿਨ੍ਹਾਂ ਨੇ ਦੂਸਰੇ ਵਿਸ਼ਵ ਯੁੱਧ ਵਿੱਚ ਭਾਰਤ ਤੇ ਚੀਨ ਵਿਚਕਾਰ ਹੋਈ ਲੜਾਈ ਵਿੱਚ ਆਪਣੀ ਜਾਨ ਤੱਕ ਪਾਰ ਦਿੱਤੀ ਅਤੇ ਇਸ ਨਾਲ ਹੀ ਉਹਨਾਂ ਨੇ ਇੱਕ ਸੱਚੀ ਸੁੱਚੀ ਦੇਸ਼ ਭਗਤੀ ਅਤੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਚਨ, ਸੂਰੇ ਸੋ ਪਹਿਚਾਨੀ ਹੈ ਜੋ ਲੜੇ ਦੀਨ ਕਹੇ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਪ, ਨੂੰ ਸੱਚ ਕਰਕੇ ਵਿਖਾਇਆ। ਇਸ ਮਹਾਨ ਸ਼ਖਸੀਅਤ ਦਾ ਨਾਮ ਹੈ ਸੂਬੇਦਾਰ ਜੋਗਿੰਦਰ ਸਿੰਘ। ਤਾਂ ਆਓ ਦੋਸਤੋ, ਉਹਨਾਂ ਦੇ ਜੀਵਨ ਤੇ ਇੱਕ ਝਾਤ ਮਾਰੀਏ। ਦੋਸਤੋ, ਸੂਬੇਦਾਰ ਜੋਗਿੰਦਰ ਸਿੰਘ ਜੀ ਦਾ ਜਨਮ 26 ਸਤੰਬਰ 1921 ਨੂੰ ਪੰਜਾਬ ਦੇ ਮੋਗੇ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਵਿੱਚ ਇੱਕ ਕਿਸਾਨ ਪਰਿਵਾਰ ਦੇ ਘਰ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਸ਼ੇਰ ਸਿੰਘ ਅਤੇ ਮਾਤਾ ਦਾ ਨਾਮ ਕ੍ਰਿਸ਼ਨ ਕੌਰ ਸੀ। ਉਹਨਾਂ ਦਾ ਵਿਆਹ ਬੀਬੀ ਗੁਰਦਿਆਲ ਕੌਰ ਨਾਲ ਹੋਇਆ, ਜੋ ਕਿ ਕੋਟ ਕਪੂਰੇ ਦੇ ਨੇੜੇ ਪਿੰਡ ਕੋਠਾ ਰੜਾ ਸਿੰਘ ਦੇ ਸੈਣੀ ਪਰਿਵਾਰ ਤੋਂ ਸਨ। ਉਹ ਪਿੰਡ ਡਰੋਲੀ ਵਿੱਚ ਪ੍ਰਾਇਮਰੀ ਸਕੂਲ ਵਿੱਚ ਗਏ ਅਤੇ ਇਸ ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕਰਨ ਲਈ ਪਿੰਡ ਨੱਥੂਵਾਲ ਦੇ ਮਿਡਲ ਸਕੂਲ ਵਿੱਚ ਗਏ। ਉਹਨਾਂ ਨੇ ਫੌਜ ਵਿੱਚ ਭਰਤੀ ਹੋਣ ਦਾ ਫੈਸਲਾ ਕੀਤਾ। ਉਹਨਾਂ ਦਾ ਵਿਚਾਰ ਸੀ ਕਿ ਫੌਜ ਹੀ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਚਾਣ ਅਤੇ ਮਕਸਦ ਮਿਲੇਗਾ। ਜੋਗਿੰਦਰ ਸਿੰਘ ਬ੍ਰਿਟਿਸ਼ ਭਾਰਤੀ ਫੌਜ ਵਿੱਚ ਸ਼ਾਮਿਲ ਹੋਏ ਤੇ ਉਹਨਾਂ ਨੂੰ 28 ਸਤੰਬਰ 1936 ਵਿੱਚ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਵਿੱਚ ਨਿਯੁਕਤ ਕੀਤਾ ਗਿਆ ਸੀ। ਫੌਜ ਵਿੱਚ ਆ ਕੇ ਉਹਨਾਂ ਦੀ ਮਾਨਸਿਕਤਾ ਦਾ ਵਿਕਾਸ ਹੋਇਆ ਤੇ ਉਹਨਾਂ ਨੇ ਸਿੱਖਿਆ ਵਿੱਚ ਆਪਣੀ ਦਿਲਚਸਪੀ ਦੀ ਪਹਿਚਾਣ ਕੀਤੀ। ਜਲਦ ਹੀ ਉਹਨਾਂ ਨੇ ਆਰਮੀ ਐਜੂਕੇਸ਼ਨ ਪ੍ਰੀਖਿਆ ਪਾਸ ਕਰਕੇ ਫੌਜ ਵਿੱਚ ਆਪਣੀ ਸੰਪੂਰਨ ਜਗ੍ਹਾ ਬਣਾਈ। ਇਸ ਤੋਂ ਬਾਅਦ ਉਹਨਾਂ ਨੂੰ ਯੂਨਿਟ ਸਿੱਖਿਆ ਨਿਰਦੇਸ਼ਕ ਨਿਯੁਕਤ ਕਰ ਦਿੱਤਾ ਗਿਆ। ਉਹਨਾਂ ਦੀ ਡਰਿੱਲ ਅਤੇ ਵਰਦੀ ਦਾ ਰੱਖ ਰਖਾਵ ਇੰਨਾ ਵਧੀਆ ਸੀ ਕਿ ਫੌਜ ਵਿੱਚ ਹਮੇਸ਼ਾ ਉਹਨਾਂ ਦੀ ਉਦਾਹਰਣ ਦਿੱਤੀ ਜਾਂਦੀ ਸੀ। ਉਹਨਾਂ ਨੇ 1947-48 ਦੀ ਹਿੰਦੁਸਤਾਨ ਪਾਕਿਸਤਾਨ ਜੰਗ ਦੌਰਾਨ ਬਰਮਾ ਤੇ ਮੋਰਚੇ ਤੇ ਸੇਵਾ ਨਿਭਾਈ। ਉਹਨਾਂ ਨੇ ਪਾਕਿਸਤਾਨੀਆਂ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ। ਉਸ ਸਮੇਂ ਚੀਨ ਦੇ ਨਾਲ ਭਾਰਤ ਯੁੱਧ ਦੀ ਭੂਮਿਕਾ ਬਹੁਤ ਸੁਖਮਈ ਨਹੀਂ ਕਹੀ ਜਾ ਸਕਦੀ, ਕਿਉਂਕਿ 60 ਦਾ ਦਹਾਕਾ ਭਾਰਤ ਦੇ ਲਈ ਵਿਕਾਸ ਦਾ ਦੌਰ ਸੀ। ਭਾਰਤ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਚੀਨ ਵਰਗਾ ਦੇਸ਼ ਉੱਤੇ ਸਾਮਰਾਜਵਾਦੀ ਇੱਕ ਨਜ਼ਰ ਗੱਡੀ ਬੈਠਾ ਹੈ। ਹਾਲਾਂਕਿ ਚੀਨ ਆਪਣੀ ਵਿਸਤਾਰਵਾਦੀ ਨੀਤੀ ਦੇ ਤਹਿਤ ਤਿੱਬਤ ਨੂੰ ਹਾਸਲ ਕਰ ਚੁੱਕਿਆ ਸੀ। ਉਸ ਸਮੇਂ ਭਾਰਤ ਦਾ ਰੁਝਾਨ ਨਾ ਤਾਂ ਸਿਪਾਹੀਆਂ ਦੀ ਵਿਵਸਥਾ ਨੂੰ ਅੱਗੇ ਰੱਖ ਕੇ ਉਸਨੂੰ ਮਜ਼ਬੂਤ ਕਰਨ ਦਾ ਸੀ, ਨਾ ਹੀ ਉਸਨੂੰ ਆਪਣੀ ਸ਼ਾਂਤੀਪੂਰਨ ਅੰਤਰਰਾਸ਼ਟਰੀ ਨੀਤੀ ਨੂੰ ਲੈ ਕੇ ਕੋਈ ਸ਼ੱਕ ਸੀ। ਇਸ ਤਰ੍ਹਾਂ ਚੀਨ ਦਾ ਹਮਲਾ ਭਾਰਤ ਦੇ ਲਈ ਇੱਕ ਹੈਰਾਨੀ ਵਾਲਾ ਸੀ। ਉਹਨਾਂ ਦੀ ਫੌਜੀ ਤਾਕਤ ਅਤੇ ਤਿਆਰੀ ਤਾਂ ਕਮਜ਼ੋਰ ਹੀ ਸੀ, ਰਾਜਨੀਤਿਕ ਨਜ਼ਰ ਵੀ ਉਨੀ ਪੱਕੀ ਨਹੀਂ ਸੀ ਜੋ ਸਥਿਤੀਆਂ ਦਾ ਅੰਦਾਜ਼ਾ ਲਾ ਸਕਣ ਅਤੇ ਅੱਗੇ ਉਸਦੀ ਜਾਣਕਾਰੀ ਲੈ ਕੇ ਆਪਣਾ ਸੰਤੁਲਿਤ ਕਦਮ ਤੈਅ ਕਰ ਸਕਣ। ਉਧਰ ਚੀਨ ਪੂਰੀ ਮੁਸਤੈਦੀ ਜਾਸੂਸੀ ਨਾਲ ਆਪਣੀ ਵਿਸਤਾਰਵਾਦੀ ਨੀਤੀ ਉੱਤੇ ਚੱਲਦੇ ਹੋਏ ਭਾਰਤ ਦੀ ਤਰਫ ਆਪਣਾ ਕਬਜ਼ਾ ਵਧਾਉਂਦਾ ਜਾ ਰਿਹਾ ਸੀ। ਫਿਰ ਸਥਿਤੀ ਇਹ ਆ ਗਈ ਕਿ ਭਾਰਤ ਨੂੰ ਕੁਝ ਫੈਸਲਾ ਲੈਣਾ ਪਿਆ। 9 ਸਤੰਬਰ 1962 ਨੂੰ ਭਾਰਤ ਦੇ ਰੱਖਿਆ ਮੰਤਰੀ ਬੀ ਕੇ ਕ੍ਰਿਸ਼ਨ ਮੈਨਨ ਨੇ ਇੱਕ ਸਭਾ ਵਿੱਚ ਫੈਸਲਾ ਲਿਆ ਕਿ ਚੀਨ ਨੂੰ ਹਿਮਾਲਿਆ ਦੀ ਦੱਖਣੀ ਸੀਮਾ ਤੋਂ ਬਾਹਰ ਕਰਨਾ ਹੈ। ਉਸ ਸਮੇਂ ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਕਾਮਨਵੈਲਥ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਬੈਠਕ ਵਿੱਚ ਭਾਗ ਲੈਣ ਲਈ ਲੰਡਨ ਗਏ ਹੋਏ ਸਨ। ਰੱਖਿਆ ਮੰਤਰੀ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਨਾਲ ਨਹਿਰੂ ਜੀ ਨੂੰ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਨੇ ਉਸ ਉੱਤੇ ਆਪਣੀ ਸਹਿਮਤੀ ਦੇ ਦਿੱਤੀ। ਅਕਤੂਬਰ 1962 ਚੀਨ ਨਾਲ ਚੱਲਦੇ ਤਣਾਅ ਕਾਰਨ ਉਹਨਾਂ ਨੂੰ ਨੀਫਾ ਦੇ ਬਮਲਾ ਪਾਸ ਤਵਾਂਗ ਸੈਕਟਰ ਤੇ ਤੈਨਾਤ ਕੀਤਾ ਗਿਆ। ਤਵਾਂਗ ਚੀਨ ਦੇ ਵਿਰੁੱਧ ਭਾਰਤ ਲਈ ਇੱਕ ਮਹੱਤਵਪੂਰਨ ਸਥਾਨ ਹੈ, ਇਸ ਲਈ ਭਾਰਤ ਕਿਸੇ ਵੀ ਤਰ੍ਹਾਂ ਦੀ ਇਸ ਖੇਤਰ ਵਿੱਚ ਚੀਨ ਦੀ ਮੌਜੂਦਗੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਮੈਕ ਮੋਹਨ ਲਾਈਨ ਨੇ ਭਾਰਤ ਤੇ ਚੀਨ ਨੂੰ ਸਹੀ ਸਹੀ ਅੱਡ ਕੀਤਾ ਹੈ, ਪਰ ਫਿਰ ਵੀ ਚੀਨ ਬਾਰ ਬਾਰ ਲਦਾਖ ਦੇ ਐਕਸਾਈਚਨ ਖੇਤਰ ਅਤੇ ਨੀਫਾ ਰੀਜਨ ਜੋ ਕਿ ਹੁਣ ਅਰੁਣਾਚਲ ਪ੍ਰਦੇਸ਼ ਹੈ ਉਸ ਉੱਤੇ ਆਪਣਾ ਹੱਕ ਜਤਾਉਂਦਾ ਰਿਹਾ ਹੈ। ਇਸ ਤਰ੍ਹਾਂ 7 ਫੈਕਟਰੀ ਬ੍ਰਿਗੇਡ ਨੂੰ ਨਾਮਕਾਚੂ ਦੀ ਤਰਫ ਕੂਚ ਕਰਨ ਦਾ ਆਦੇਸ਼ ਦਿੱਤਾ ਗਿਆ। ਇਸ ਟਿਕਾਣੇ ਤੇ ਚੀਨੀ ਫੌਜਾਂ ਦਾ ਜਮਾਵੜਾ ਪੂਰੀ ਤਿਆਰੀ ਨਾਲ ਘਾਤ ਲਗਾਈ ਬੈਠਾ ਸੀ। ਇੱਥੇ ਇੱਕ ਨਾ ਸਮਝੀ ਹੋਰ ਹੋਈ। ਇਸ ਫੈਸਲੇ ਅਤੇ ਖਬਰ ਨੂੰ ਭਾਰਤੀ ਮੀਡੀਆ ਨੇ ਭਰਪੂਰ ਢੰਗ ਨਾਲ ਵਧਾ ਚੜਾ ਕੇ ਛਾਪਿਆ, ਜਿਸ ਵਿੱਚ ਚੀਨ ਦੇ ਲਈ ਲਲਕਾਰ ਵੀ ਸੀ, ਜਦਕਿ ਅਸਲੀਅਤ ਵਿੱਚ ਭਾਰਤ ਦੀ ਫੌਜ ਦੀ ਤਿਆਰੀ ਕਾਫੀ ਨਹੀਂ ਸੀ। ਹਥਿਆਰ ਅਤੇ ਗੋਲਾ ਬਾਰੂਦ ਦੀ ਭਾਰੀ ਕਮੀ ਦੇ ਬਾਵਜੂਦ ਭਾਰਤ ਦੇ ਸਿਪਾਹੀ ਅਤੇ ਅਫਸਰ ਬੇਹੱਦ ਬਹਾਦਰੀ ਅਤੇ ਜੋਸ਼ ਨਾਲ ਭਰੇ ਹੋਏ ਸਨ। ਚੀਨ ਦੇ ਨਾਲ ਚੱਲਦੇ ਇਸ ਤੈਨਾਤ ਦੇ ਕਾਰਨ ਬਿਨਾਂ ਤਿਆਰੀ ਤੋਂ ਨੀਫਾ ਅਤੇ ਲਦਾਖ ਦੇ ਖਤਰਨਾਕ ਖੇਤਰ ਵਿੱਚ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਨੂੰ ਭੇਜ ਦਿੱਤਾ ਗਿਆ, ਜਿਸ ਦੀ ਅਗਵਾਈ ਸੂਬੇਦਾਰ ਜੋਗਿੰਦਰ ਸਿੰਘ ਜੀ ਆਪ ਕਰ ਰਹੇ ਸਨ। ਸੂਬੇਦਾਰ ਜੋਗਿੰਦਰ ਸਿੰਘ ਜੀ ਸਮੇਤ 20 ਸਿਪਾਹੀਆਂ ਨੇ ਬਿਨਾਂ ਡਰੇ ਚੀਨੀਆਂ ਦੇ ਮਾਨਸਿਕ ਯੁੱਧ ਦਾ ਸਾਹਮਣਾ ਕੀਤਾ, ਕਿਉਂਕਿ ਉਹਨਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹਨਾਂ ਨੇ ਪਹਿਲਾਂ ਹਮਲਾ ਨਹੀਂ ਕਰਨਾ। ਸੂਬੇਦਾਰ ਜੋਗਿੰਦਰ ਸਿੰਘ ਜੀ ਰਿਜ ਦੇ ਕੋਲ ਤਵਾਂਗ ਵਿੱਚ ਆਪਣੀ ਟੁਕੜੀ ਦੇ ਨਾਲ ਤੈਨਾਤ ਸਨ। ਸਵੇਰੇ 5:20 ਨੂੰ ਹੀ ਚੀਨੀ ਸਿਪਾਹੀ ਇਕੱਠੇ ਹੋਣੇ ਸ਼ੁਰੂ ਹੋ ਗਏ। 23 ਅਕਤੂਬਰ 1962 ਨੂੰ ਚੀਨੀ ਫੌਜ ਨੇ ਭਾਰਤ ਤੇ ਹਮਲਾ ਕਰ ਦਿੱਤਾ ਅਤੇ 200-200 ਦੀ ਸੰਖਿਆ ਵਿੱਚ 3 ਟੁਕੜੀਆਂ ਨੂੰ ਹਮਲਾ ਕਰਨ ਲਈ ਭੇਜਿਆ। ਸੂਬੇਦਾਰ ਤੇ ਉਹਨਾਂ ਦੇ ਸਿਪਾਹੀਆਂ ਨੇ ਚੀਨ ਦੀ ਫੌਜ ਦੀਆਂ 2 ਟੁਕੜੀਆਂ ਨੂੰ ਨਿਸਤੋ ਨਾਬੂਦ ਕਰ ਦਿੱਤਾ।
ਪਰ ਹੁਣ ਉਹਨਾਂ ਦੀ ਪਲਟਨ ਨੇ ਵੀ ਪਹਿਲਾਂ ਹਮਲਾ ਸੂਬੇਦਾਰ ਦੀ ਫੌਜ ਨੇ ਮਹਾਦਰੀ ਨਾਲ ਚੱਲ ਲਿਆ, ਜਿਸ ਵਿੱਚ ਚੀਨ ਨੂੰ ਕੋਈ ਕਾਮਯਾਬੀ ਨਹੀਂ ਮਿਲੀ ਅਤੇ ਉਸਦਾ ਭਾਰੀ ਨੁਕਸਾਨ ਵੀ ਹੋਇਆ ਅਤੇ ਉਸਨੂੰ ਵਾਪਸ ਮੁੜਨਾ ਪਿਆ। ਕੁਝ ਹੀ ਦੇਰ ਬਾਅਦ ਦੁਸ਼ਮਣ ਨੇ ਫਿਰ ਹਮਲਾ ਕੀਤਾ। ਉਸਦਾ ਸਾਹਮਣਾ ਵੀ ਜੋਗਿੰਦਰ ਸਿੰਘ ਅਤੇ ਉਹਨਾਂ ਦੇ ਸਿਪਾਹੀਆਂ ਨੇ ਪੂਰੀ ਬਹਾਦਰੀ ਨਾਲ ਕੀਤਾ। ਉਹ ਜੋ ਬੋਲੇ ਸੋ ਨਿਹਾਲ ਦੇ ਨਾਰੇ ਲਾਉਂਦੇ ਅੱਗੇ ਵੱਧਦੇ ਜਾ ਰਹੇ ਸਨ ਅਤੇ ਦੁਸ਼ਮਣ ਦੇ ਹੌਸਲੇ ਉਟਾਉਂਦੇ ਜਾ ਰਹੇ ਸਨ, ਪਰ ਦੂਜੇ ਹਮਲੇ ਵਿੱਚ ਸੂਬੇਦਾਰ ਜੋਗਿੰਦਰ ਸਿੰਘ ਦੀ ਅੱਧੀ ਫੌਜ ਜਾਨ ਗਵਾ ਚੁੱਕੀ ਸੀ। ਸੂਬੇਦਾਰ ਜੋਗਿੰਦਰ ਸਿੰਘ ਖੁਦ ਵੀ ਜ਼ਖਮੀ ਹੋ ਗਏ ਸਨ, ਫਿਰ ਵੀ ਉਹ ਜਿੱਦ ਵਿੱਚ ਸਨ ਕਿ ਜੰਗ ਨਹੀਂ ਛੱਡਣਗੇ। ਉਹਨਾਂ ਦੀ ਅਗਵਾਹੀ ਵਿੱਚ ਉਹਨਾਂ ਦੀ ਫੌਜ ਵੀ ਪੂਰੇ ਹੌਸਲੇ ਦੇ ਨਾਲ ਡਟੀ ਹੋਈ ਸੀ, ਹਾਲਾਂਕਿ ਉਸ ਵਿੱਚ ਕਾਫ਼ੀ ਸਿਪਾਹੀ ਜ਼ਖਮੀ ਹੋ ਚੁੱਕੇ ਸਨ। ਤਦ ਹੀ ਚੀਨ ਦੀ ਫੌਜ ਨੇ ਤੀਜੀ ਵਾਰ ਹਮਲਾ ਕੀਤਾ। ਇਸ ਦਾ ਮੁਕਾਬਲਾ ਜ਼ਖਮੀ ਸੂਬੇਦਾਰ ਅਤੇ ਉਸਦੇ ਸਿਪਾਹੀਆਂ ਨੇ ਡਟ ਕੇ ਕੀਤਾ। ਹੁਣ ਤੱਕ ਸੂਬੇਦਾਰ ਜੋਗਿੰਦਰ ਸਿੰਘ ਦੇ ਖੁਦ ਹੱਥ ਵਿੱਚ ਮਸ਼ੀਨ ਗਨ ਲੈ ਕੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਚੀਨ ਦੀ ਫੌਜ ਦਾ ਵੀ ਇਸ ਹਮਲੇ ਵਿੱਚ ਕਾਫ਼ੀ ਨੁਕਸਾਨ ਹੋਇਆ, ਪਰ ਉਹ ਲਗਾਤਾਰ ਅੱਗੇ ਵੱਧਦੇ ਜਾ ਰਹੇ ਸਨ। ਫਿਰ ਸਥਿਤੀ ਇਹ ਆਈ ਕਿ ਸੂਬੇਦਾਰ ਜੋਗਿੰਦਰ ਸਿੰਘ ਜੀ ਦੇ ਫੌਜ ਦੇ ਕੋਲ ਗੋਲੀਆਂ ਅਤੇ ਬਾਰੂਦ ਦਾ ਭੰਡਾਰ ਖਤਮ ਹੋ ਗਿਆ। ਇਸ ਤੋਂ ਬਾਅਦ ਸੂਬੇਦਾਰ ਜੋਗਿੰਦਰ ਸਿੰਘ ਜੀ ਨੇ ਅਤੇ ਉਹਨਾਂ ਦੇ ਸਿਪਾਹੀਆਂ ਨੇ ਚੀਨ ਦੇ ਸਿਪਾਹੀਆਂ ਨੂੰ ਆਪਣੇ ਖੰਜਰਾਂ ਨਾਲ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ। ਸੂਬੇਦਾਰ ਜੋਗਿੰਦਰ ਸਿੰਘ ਜੀ ਨੂੰ ਉਹਨਾਂ ਦੀ ਕੰਪਨੀ ਕਮਾਂਡਰ ਹਰਪਾਲ ਸਿੰਘ ਦੁਆਰਾ ਵਾਪਸ ਆਉਣ ਦੇ ਹੁਕਮਾਂ ਨੂੰ ਇਹ ਕਹਿ ਕੇ ਮੰਨਣ ਤੋਂ ਇਨਕਾਰ ਕਰ ਦਿੱਤਾ, ਨਾ ਹੀ ਮੈਂ ਅਤੇ ਨਾ ਹੀ ਮੇਰਾ ਕੋਈ ਸਿਪਾਹੀ ਆਪਣੀ ਪੋਸਟ ਛੱਡ ਕੇ ਵਾਪਸ ਆਉਣਗੇ। ਅੱਜ ਜੇਕਰ ਚੀਨੀ ਤਵਾਂਗ ਤੱਕ ਪਹੁੰਚਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਮੇਰੀ ਲਾਸ਼ ਤੋਂ ਗੁਜ਼ਰ ਕੇ ਜਾਣਾ ਪਵੇਗਾ। ਆਖਿਰ ਉਹ ਅਤੇ ਉਹਨਾਂ ਦੇ ਬਚੇ ਹੋਏ ਸਿਪਾਹੀ ਦੁਸ਼ਮਣਾਂ ਦੇ ਕਬਜ਼ੇ ਵਿੱਚ ਆ ਗਏ। ਇਹ ਸੱਚ ਸੀ ਕਿ ਉਹ ਮੋਰਚਾ ਭਾਰਤ ਜਿੱਤ ਨਹੀਂ ਸਕਿਆ, ਪਰ ਉਸ ਮੋਰਚੇ ਤੇ ਸੂਬੇਦਾਰ ਜੋਗਿੰਦਰ ਸਿੰਘ ਜੀ ਨੇ ਆਖਰੀ ਪਲ ਤੱਕ ਬਹਾਦਰੀ ਦਿਖਾਈ। ਸੂਬੇਦਾਰ ਜੋਗਿੰਦਰ ਸਿੰਘ ਜੀ ਦੁਸ਼ਮਣਾਂ ਦੀ ਗ੍ਰਿਫਤ ਵਿੱਚ ਆ ਗਏ। ਇਸ ਤੋਂ ਬਾਅਦ ਉਹਨਾਂ ਦਾ ਕੁਝ ਪਤਾ ਨਹੀਂ ਲੱਗਿਆ। ਚੀਨੀ ਫੌਜ ਨੇ ਨਾ ਤਾਂ ਉਹਨਾਂ ਦਾ ਸਰੀਰ ਭਾਰਤ ਨੂੰ ਸੌਂਪਿਆ ਅਤੇ ਨਾ ਹੀ ਉਹਨਾਂ ਦੀ ਕੋਈ ਖਬਰ ਦਿੱਤੀ। ਇਸ ਤਰ੍ਹਾਂ ਉਹਨਾਂ ਦੀ ਸ਼ਹੀਦੀ ਅਮਰ ਹੋ ਗਈ। ਸ਼ਹੀਦ ਹੋਣ ਤੋਂ ਬਾਅਦ ਉਹਨਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਸਨਮਾਨ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੀ ਯਾਦ ਵਿੱਚ ਤਵਾਂਗ ਯੁੱਧ ਸਮਾਰਕ ਵਿੱਚ ਉਹਨਾਂ ਦਾ ਇੱਕ ਸਮਾਰਕ ਵੀ ਬਣਾਇਆ ਗਿਆ ਹੈ। ਅਸੀਂ ਸੂਬੇਦਾਰ ਜੋਗਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਿਪਾਹੀਆਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਆਖਰੀ ਸਾਹ ਤੱਕ ਭਾਰਤ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਦੋਸਤੋ, ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।